ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਵੀਰ ਇੰਦਰਪਾਲ ਸਿੰਘ ਜੀ ਦਾ, ਸੈਸਕਟੂਨ ਕੈਨੇਡਾ ਤੋਂ। ਇਹ ਲਿਖਦੇ ਹਨ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬੀਤੇ ਕੱਲ ਮੈਂ ਸਿੱਖ ਆਬਾਦੀ 'ਚ ਆਈ ਗਿਰਾਵਟ ਬਾਰੇ ਤੁਹਾਡਾ ਪ੍ਰੋਗਰਾਮ ਦੇਖਿਆ। ਇਹ ਗੱਲ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਭਾਰਤ 'ਚ ਸਿੱਖਾਂ ਦੀ ਯੋਜਨਾਬੱਧ ਤਰੀਕੇ ਨਾਲ ਨਸਲਕੁਸ਼ੀ ਕੀਤੀ ਜਾ ਰਹੀ ਹੈ। ਜੇ ਮੈਂ ਗਲਤ ਨਾ ਹੋਵਾਂ, 1981 ਦੀ ਸੈਂਸਸ 'ਚ ਸਿੱਖਾਂ ਦੀ ਗਿਣਤੀ ਪੰਜਾਬ 'ਚ 72% ਸੀ ਤੇ ਹੁਣ 2011 'ਚ ਇਹ ਸਿਰਫ 57% ਰਹਿ ਗਈ ਹੈ। ਮੈਂ ਸਮਝਦਾ ਹਾਂ ਕਿ ਤੁਹਾਨੂੰ ਆਪਣੇ ਪ੍ਰੋਗਰਾਮ 'ਚ ਇਸ ਮੁੱਦੇ ਲਈ ਹੋਰ ਸਮਾਂ ਦੇਣਾ ਚਾਹੀਦਾ ਹੈ, ਘੱਟੋ ਘੱਟ 20-25 ਮਿੰਟ। ਇੱਕ ਹੋਰ ਮਾੜੀ ਗੱਲ ਇਹ ਹੈ ਕਿ ਸਿੱਖਾਂ 'ਚ ਮਰਦਾਂ ਮੁਕਾਬਲੇ ਔਰਤਾਂ ਦੀ ਗਿਣਤੀ ਸਭ ਤੋਂ ਘੱਟ ਹੈ। ਸਿੱਖਾਂ 'ਚ ਔਰਤਾਂ ਦੀ ਗਿਣਤੀ 47% ਹੈ, ਜਦਕਿ ਇਹ ਗਿਣਤੀ ਈਸਾਈਆਂ 'ਚ 51% ਹੈ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਆਹ ਕੁਝ ਕਰਕੇ ਆਪਣੇ ਦੁਸ਼ਮਣ ਦੀ ਹੀ ਮਦਦ ਕਰ ਰਹੇ ਹਾਂ। ਕਿਰਪਾ ਕਰਕੇ ਆਪਣੇ ਪ੍ਰੋਗਰਾਮ ਵਿੱਚ ਇਸ ਮੈਸੇਜ ਨੂੰ ਸ਼ਾਮਲ ਜ਼ਰੂਰ ਕਰਨਾ। ਮੈਂ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ ਪਰ ਲਿਖ ਤੁਹਾਨੂੰ ਪਹਿਲੀ ਵਾਰ ਰਿਹਾ ਹਾਂ। ਮੈਂ ਸਮਝਦਾ ਹਾਂ ਕਿ ਸਿੱਖਾਂ ਕੋਲ ਕੁੱਲ 15 ਸਾਲ ਹਨ ਆਪਣਾ ਜਨਮ ਸਥਾਨ ਹਾਸਲ ਕਰਨ ਲਈ, ਨਹੀਂ ਤਾਂ ਫਿਰ ਅਸੀਂ ਖੁਦ ਹੀ ਪੰਜਾਬ 'ਚ ਘੱਟ ਗਿਣਤੀ ਹੋ ਜਾਵਾਂਗੇ। ਮੈਂ ਪਿੱਛੋਂ ਊਧਮ ਸਿੰਘ ਨਗਰ ਉੱਤਰਾਚਲ ਤੋਂ ਹਾਂ। ਅਸੀਂ ਬਾਹਰਲੇ ਸੂਬਿਆਂ 'ਚ ਵਸਦੇ ਸਿੱਖ ਖਾਲਿਸਤਾਨ ਦੇ ਹਾਮੀ ਹਾਂ। ਮੇਰੇ ਸਾਰੇ ਰਿਸ਼ਤੇਦਾਰ ਖਾਲਿਸਤਾਨੀ ਹਨ। ਸਿੱਖਾਂ ਨੂੰ ਇਸ ਯੋਜਨਾਬੱਧ ਨਸਲਕੁਸ਼ੀ ਬਾਰੇ ਜਾਣੂ ਕਰਾਉਣ ਦੀ ਜ਼ਰੂਰਤ ਹੈ। ਸਿੱਖਸ ਫੋਰ ਜਸਟਿਸ ਅਤੇ ਤੁਹਾਨੂੰ ਇਹ ਮਸਲਾ ਚੁੱਕਣਾ ਚਾਹੀਦਾ ਹੈ ਤੇ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ। ਭਾਰਤ ਜਾਂ ਪੰਜਾਬ 'ਚ ਕਿਸੇ ਨੇ ਵੀ ਇਹਨਾਂ ਫੈਕਟਰਸ ਵੱਲ ਧਿਆਨ ਨਹੀਂ ਦੇਣਾ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਇੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸੈਸਕੈਚੁਆਨ ਕੈਨੇਡਾ ਤੋਂ ਲਿਖਿਆ। ਉਹਨਾਂ ਦਾ ਉੱਤਰਾਖੰਡ ਦੇ ਨਾਲ ਸੰਬੰਧ ਹੈ ਜੀ। ਔਰ ਹੁਣ ਜਿਹੜੀ ਜਿਸ ਸੈਂਸਸ ਦੀ ਉਹਨਾਂ ਨੇ ਗੱਲ ਕੀਤੀ ਹੈ ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਉੱਤਰਾਖੰਡ ਦੇ ਵਿੱਚ ਵੀ ਜੇ ਮੈਂ ਗਲਤ ਨਾ ਹੋਵਾਂ ਤਾਂ 2.5-3 ਲੱਖ ਸਿੱਖ ਨੇ। ਉਹਦਾ ਸ਼ਾਇਦ ਵੱਡਾ ਆਬਾਦੀ ਦਾ ਚੰਕ ਸ਼ਹੀਦ ਊਧਮ ਸਿੰਘ ਨਗਰ ਡਿਸਟ੍ਰਿਕਟ ਜਿਹੜਾ ਮਾਇਆਵਤੀ ਨੇ ਯੂਪੀ ਦੀ ਚੀਫ ਮਿਨਿਸਟਰ ਸੀ ਬਣਾਇਆ ਸੀ ਔਰ ਉਹ ਸਿੱਖ ਊਧਮ ਸਿੰਘ ਨਗਰ ਦੇ ਚਾਹੁੰਦੇ ਸੀ ਯੂਪੀ ਦੇ ਨਾਲ ਰਹਿਣਾ ਹੀ, ਪਰ ਜਦੋਂ ਉੱਤਰਾਖੰਡ ਬਣਾਇਆ ਪਹਿਲਾਂ ਉਹਦਾ ਨਾਂ ਉੱਤਰਾਂਚਲ ਸੀ ਜੀ, ਉਸ ਦੇ ਵਿੱਚ ਉਹਨੂੰ ਧੱਕ ਦਿੱਤਾ। ਸੋ ਉੱਥੇ ਸਿੱਖ ਮਿਹਨਤੀ ਨੇ, ਖੁਸ਼ਹਾਲ ਨੇ ਔਰ ਮੈਂ ਸਮਝਦਾ ਵੀ ਬਹੁਤ ਸਾਰੇ ਤਾਂ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਗਏ ਨੇ 47 ਤੋਂ ਬਾਅਦ, ਜਿਹੜੇ ਬਾਹਰ 'ਚੋਂ ਆਏ। ਇੱਧਰ ਜ਼ਮੀਨਾਂ ਘੱਟ ਸੀ, ਉੱਧਰ ਬਹੁਤ ਵਧੀਆ ਜ਼ਮੀਨਾਂ ਸੀ, ਬਹੁਤ ਮਿਹਨਤ ਕੀਤੀ ਉਹਨਾਂ ਨੇ, ਜਿਹੜੇ ਜੰਗਲ ਕੱਟ ਕੇ ਜਿਹਨੂੰ ਤਰਾਈ ਦਾ ਇਲਾਕਾ ਵੀ ਕਹਿੰਦੇ ਸੀ ਉਹਨੂੰ ਆਬਾਦ ਕੀਤਾ। ਔਰ ਫਿਰ ਕਿਵੇਂ ਉਹਨਾਂ ਨੂੰ ਜ਼ਮੀਨਾਂ ਤੋਂ ਡਿਪਰਾਈਵ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਰਜਿਸਟ ਕੀਤਾ। ਹੁਣ ਪਤਾ ਨਹੀਂ ਉੱਤਰਾਖੰਡ ਦੇ ਵਿੱਚ ਜ਼ਮੀਨ ਦੇ ਰਿਲੇਟਡ ਲਾਅ ਜਿਹੜੇ ਕਿਸ ਕਿਸਮ ਦੇ ਕਾਨੂੰਨ ਨੇ, ਪਰ ਮੈਂ ਜਿੰਨੇ ਵੀ ਉੱਤਰਾਖੰਡ ਨਾਲ ਜਾਂ ਊਧਮ ਸਿੰਘ ਨਗਰ ਉਸ ਖਿੱਤੇ ਦੇ ਜਿੰਨੇ ਕੁ ਵੀ ਸਿੱਖਾਂ ਨੂੰ ਕਦੇ ਮਿਲੇ ਉਹ ਬੜੇ ਚੜ੍ਹਦੀ ਕਲਾ ਵਾਲੇ ਨੇ ਔਰ ਮੱਚ ਮੋਰ ਅਵੇਅਰ ਨੇ ਕਈ ਮਾਮਲਿਆਂ 'ਚ, ਈਵਨ ਪੰਜਾਬ ਵਿਚਲੇ ਸਿੱਖਾਂ ਨਾਲੋਂ ਵੀ ਜੀ। ਸੋ ਇੰਦਰਪਾਲ ਸਿੰਘ ਜੀ ਨੇ ਵੀ ਜਿਹੜਾ ਸੈਂਸਸ ਜਿਹੜੀ 2011 ਦੀ ਉਸ ਦੇ ਹਵਾਲੇ ਨਾਲ ਹੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਜਿਸ ਤੇਜ਼ੀ ਨਾਲ ਅਸੀਂ ਥੱਲੇ ਨੂੰ ਆਏ ਹਾਂ, ਹਾਲਾਂਕਿ ਉਹਨਾਂ ਦੀ ਇਹ ਫਿਗਰ ਠੀਕ ਨਹੀਂ ਹੈ ਕਿ ਵੀ ਅਸੀਂ 72% ਤੋਂ 57% 'ਤੇ ਆਏ ਹਾਂ, ਪਰ ਇਹਦੇ 'ਚ ਇੱਕ ਪਾਰਟ ਜ਼ਰੂਰ ਹੈ ਕਿ ਵੀ ਜਿਹੜਾ ਈਵਨ ਜੇ 2001 ਔਰ 2011 ਦੇ ਵਿਚਕਾਰ ਹੀ 10 ਸਾਲ ਦੇ ਸਮੇਂ ਨੂੰ ਦੇਖੀਏ ਤਾਂ ਹਿੰਦੂ ਆਬਾਦੀ ਪੰਜਾਬ ਦੇ ਵਿੱਚ 4% ਸ਼ੂਟ ਅਪ ਹੋਈ ਹੈ ਔਰ 4 ਇਸ ਬੇਸ਼ੱਕ ਕੁੱਲ ਡਿਫਰੈਂਸ ਸਿੱਖਾਂ ਦਾ 2% ਘਟਿਆ ਹੈ, ਪਰ ਹਿੰਦੂ ਪਾਪੂਲੇਸ਼ਨ ਦਾ ਨਾ ਘਟਣਾ ਔਰ 2% ਅਪ ਜਾਣਾ ਇਹ 4% ਉਹਨੂੰ ਬਣਾ ਦਿੰਦਾ। ਔਰ ਉਹਨਾਂ ਨੇ ਇਹ ਠੀਕ ਕਿਹਾ ਕਿ ਸਾਡੇ ਕੋਲ 15 ਸਾਲ ਦਾ ਹੀ ਸਮਾਂ, ਮਤਲਬ ਇਹ ਹੈ ਵੀ ਜੇ ਇਸ ਪ੍ਰਪੋਰਸ਼ਨ ਨਾਲ ਹੁਣ ਅਸੀਂ ਜਿਹੜਾ ਹੈ ਉਹ ਆਲਰੇਡੀ 57 ਦੇ ਨੇੜੇ ਆ ਗਏ,
ਇਹੀ 4% ਲੀਪ ਹੋਰ 10 ਸਾਲ 'ਚ ਥੱਲੇ ਜਾਂਦਾ ਔਰ 5 ਸਾਲ 'ਚ ਤੁਸੀਂ ਹੋਰ ਕਰ ਲਓ ਔਰ 6% ਤਾਂ ਤੁਸੀਂ 50% ਦੇ ਨੇੜੇ ਤੇੜੇ ਜਾਂ ਉਸ ਤੋਂ ਥੱਲੇ ਚਲੇ ਜਾਂਦੇ ਹੋ ਔਰ ਆਉਣ ਵਾਲੀਆਂ ਸੈਂਸਸ 'ਚ ਪਤਾ ਨਹੀਂ ਇਹਨਾਂ ਨੇ ਹੋਰ ਕੀ ਗੜਬੜ ਕਰਨੀ ਅਸੀਂ ਕਿਉਂਕਿ ਇਹਦੇ 'ਤੇ ਕੌਂਸਟੈਂਟਲੀ ਪ੍ਰੋਗਰਾਮ ਕੀਤੇ ਨੇ ਔਰ ਬਹੁਤ ਵਾਰੀ ਜਿਹੜਾ ਇਹ ਵੀ ਲੱਗਦਾ ਹੁੰਦਾ ਵੀ ਉਹੀ ਇਸ਼ੂ ਵਾਰ ਵਾਰ ਉਹੀ ਗੱਲਾਂ ਨੇ ਪਰ ਮੈਂ ਸਮਝਦਾ ਵੀ ਇਹ ਗੱਲ ਵੀ ਅਹਿਮੀਅਤ ਵਾਲੀ ਹੈ ਕਿ ਜਦੋਂ ਵੀ ਕੋਈ ਇਸ ਕਿਸਮ ਦਾ ਪਾਰਟ ਹੁੰਦਾ ਹੁਣ ਯਹੂਦੀ ਨੇ ਨੇਸ਼ਨ ਹੈ ਉਹਨਾਂ ਦੇ ਕੋਲ ਇਜ਼ਰੀਅਲ ਇਕਾਨਮੀ ਵਾਈਜ਼ ਅਮਰੀਕਾ ਨਾਲੋਂ ਜ਼ਿਆਦਾ ਉਹਨਾਂ ਦੀ GNP ਹੈ ਲੇਕਿਨ ਜਦੋਂ ਤੁਸੀਂ ਕਦੇ ਉਹਨਾਂ ਦਾ ਦੇਖੋਗੇ ਜੇ ਮਾੜੀ ਮੋਟੀ ਵੀ ਉਹ ਕਿੰਨਾ ਐਕਸਟਰਾ ਇਨਸੈਂਟਿਵ ਦਿੰਦੇ ਨੇ ਬੱਚਿਆਂ ਨੂੰ ਜਿਹਨਾਂ ਦੇ ਵੱਧ ਬੱਚੇ ਨੇ ਉਹਨਾਂ ਨੂੰ ਐਕਸਟਰਾ ਸਕਾਲਰਸ਼ਿਪ ਐਕਸਟਰਾ ਦੂਜਾ ਕਿਉਂਕਿ ਇਹ ਮਾਈਨੋਰਿਟੀਜ਼ ਦੀ ਹਮੇਸ਼ਾ ਪ੍ਰੋਬਲਮ ਰਹਿੰਦੀ ਹੈ ਕਿਉਂਕਿ ਹੁਣ ਭਾਰਤ ਦੇ ਵਿੱਚ ਬੜੀ ਤੇਜ਼ੀ ਨਾਲ ਇੱਕ ਮਾਈਨੋਰਿਟੀ ਜਿਹੜੀ ਘੱਟਦੀ 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 ਆਲਮੋਸਟ ਹੁਣ ਐਕਸਟਿੰਕਸ਼ਨ 'ਤੇ ਪਹੁੰਚ ਗਈ ਹੈ ਉਹ ਪਾਰਸੀ ਨੇ ਜਿਹਨਾਂ ਨੂੰ ਜ਼ਰੈਸਟੀਅਨ ਕਿਹਾ ਜਾਂਦਾ ਈਰਾਨ 'ਚੋਂ ਆਏ ਅੱਗ ਦੀ ਪੂਜਾ ਕਰਦੇ ਨੇ ਦੂਜੇ ਬਹੁਤ ਚੰਗੇ ਲੋਕ ਮੈਨੂੰ ਯਾਦ ਹੈ ਵੀ ਬਚਪਨ 'ਚ ਸਾਡੇ ਇੱਕ ਬੜੇ ਚੰਗੇ ਪਰਿਵਾਰਕ ਮਿੱਤਰ ਦਾਦਾ ਭਾਈ ਨੌਰੋਜੀ ਉਹਨਾਂ ਦੇ ਨੌਰੋਜੀ ਵਗੈਰਾ ਨਾਂ ਹੁੰਦੇ ਨੇ ਔਰ ਈਵਨ ਕਾਂਗਰਸ ਨਾਲ ਵੀ ਐਸੋਸੀਏਟਡ ਰਹੇ ਔਰ ਮੇਰਾ ਖਿਆਲ ਹੈ ਵੀ ਜਿੰਨੀ ਵੈਲਥ ਇੰਡੀਆ 'ਚ ਟੋਪ ਜੇ 500 ਬੰਦਾ ਕੱਢਣਾ ਹੋਏ ਤਾਂ ਸ਼ਾਇਦ ਉਹਨਾਂ 'ਚ ਪਹਿਲੇ 60 ਪਾਰਸੀ ਹੋਣਗੇ ਇੰਨਾ ਪੈਸਾ ਉਹਨਾਂ ਕੋਲ ਲੇਕਿਨ ਉਹਨਾਂ ਦੀ ਗਿਣਤੀ ਔਰ ਬੜੇ ਬੜੇ ਉਹਨਾਂ ਨੇ ਆਪਣੇ ਜਿਹੜੇ ਟੈਂਪਲ ਆਫ ਫਾਇਰ ਬਣਾਏ ਹੁੰਦੇ ਨੇ ਔਰ ਇਹ ਉਹਨਾਂ ਨੂੰ ਮਾਰਵਲੈਸ ਉਹਨਾਂ ਦਾ ਹੁੰਦੀ ਹੈ ਆਰਕੀਟੈਕਟ ਵੀ ਔਰ ਲੇਕਿਨ ਉਹਨਾਂ ਨੂੰ ਇਹ ਹੈ ਵੀ ਉਹਨਾਂ ਦੇ ਜਿਹੜੇ ਅੰਦਰਲੇ ਕਾਨੂੰਨ ਵੀ ਕੁਛ ਸਖਤ ਨੇ ਵਿਆਹ ਸ਼ਾਦੀ ਦੇ ਹਵਾਲੇ ਨੂੰ ਲੈ ਕੇ ਵੀ ਜਾਂ ਦੂਜੇ ਸੋ ਉਹਨਾਂ ਦੀ ਆਬਾਦੀ ਕੁੜੀਆਂ ਬਾਹਰ ਵਿਆਹ ਕਰਨ ਲੱਗ ਗਈਆਂ ਮੁੰਡੇ ਵੀ ਕਿਉਂਕਿ ਕਾਰੋਬਾਰੀ ਨੇ ਔਰ ਆਬਾਦੀ ਘੱਟਦੀ ਘੱਟਦੀ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜਾ ਰਹੇ ਸੋ ਇਹ ਜਿਵੇਂ ਯਹੂਦੀਆਂ ਦੇ ਹਵਾਲੇ ਨਾਲ ਮੈਂ ਕਿਹਾ ਸੋ ਸਾਡਾ ਜਿਹੜਾ ਫਿਕਰ ਹੈ ਸਿੱਖਾਂ ਦਾ ਕਿ ਭਾਈ ਅਸੀਂ ਆਲਰੇਡੀ ਜਿਹੜਾ ਇਸ ਸੈਂਸਸ ਤੋਂ ਪਹਿਲਾਂ ਤੱਕ ਭਾਰਤ ਦੀ ਕੁੱਲ ਆਬਾਦੀ ਦਾ ਅਸੀਂ 1.9% ਸੀ ਲੈਸ ਦੈਨ 2% ਜੀ ਹਾਲਾਂਕਿ ਕ੍ਰਿਸਚਨ 2.2% ਸੀ ਕ੍ਰਿਸਚਨ 2.3 ਤੇ ਚਲੇ ਗਏ ਅਸੀਂ 1.9 ਤੋਂ ਵੀ 1.7 ਤੇ ਆ ਗਏ ਪੰਜਾਬ ਜਿਹੜਾ 50,300 ਸਕੇਅਰ ਕਿਲੋਮੀਟਰ ਉਹ ਟੈਰੀਟਰੀ ਹੈ ਜਿਹੜਾ ਸਾਡਾ ਖਾਲਿਸਤਾਨ ਦਾ ਨਿਊਕਲੀਅਸ ਹੈ ਅਤੇ ਜੇ ਉੱਥੇ ਅਸੀਂ ਅਗਲੇ  15-20 ਸਾਲ 'ਚ ਬਿਲੋ 50 ਚਲੇ ਜਾਂਦੇ ਤਾਂ ਤੁਹਾਡਾ ਕਲੇਮ ਕਮਜ਼ੋਰ ਹੁੰਦਾ ਸੋ ਕੁੱਲ ਮਿਲਾ ਕੇ ਉਹਨਾਂ ਨੇ ਜਿਹੜਾ ਜਿੱਥੇ ਸੱਚੋ ਸੱਚ ਦੀ ਤਾਰੀਫ ਕੀਤੀ ਹੈ ਕਿ ਉਹਨਾਂ ਨੇ ਉਹ ਪਹਿਲੀ ਵਾਰ ਲਿਖ ਰਹੇ ਨੇ ਅਸੀਂ ਵੀ ਉਹਨਾਂ ਦੀ ਲਿਖਤ ਨੂੰ ਪਿੱਕ ਕੀਤਾ ਔਰ ਜਿਵੇਂ ਉਹਨਾਂ ਨੇ ਕਿਹਾ ਵੀ ਯੋਜਨਾਬੱਧ ਤਰੀਕੇ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਇਹ ਟੌਪਿਕ ਅਕਸਰ ਅਸੀਂ ਡਿਸਕਸ ਵੀ ਕਰਦੇ ਹਾਂ ਔਰ ਇਹ ਸੈਂਸਸ ਦੇ ਹਵਾਲੇ ਨਾਲ ਵੀ ਜਿੰਨੀ ਕੁ ਸਾਨੂੰ ਲਿਖਤ ਇਸ ਦੇ ਉੱਤੇ ਆਈ ਹੈ ਇੱਕ ਗੱਲ ਚੰਗੀ ਵੀ ਹੈ ਕਿ ਜਿਹੜੇ ਬਾਹਰ ਬੈਠੇ ਵੀਰ ਭੈਣਾਂ ਨੇ ਉਹਨਾਂ 'ਚ ਇੱਕ ਅਵੇਅਰਨੈਸ ਹੈ ਔਰ ਉਹ ਇਹ ਦੇਖਦੇ ਨੇ ਕਿ ਵੀ ਇਹ ਸਾਰਾ ਪਾਰਟ ਅਲਟੀਮੇਟਲੀ ਕਿੱਧਰ ਨੂੰ ਲੀਡ ਕਰ ਰਿਹਾ ਸੋ ਅਸੀਂ ਵੀਰਿੰਦਰਪਾਲ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਨਾਲ ਇਸ ਪ੍ਰੋਗਰਾਮ ਦੇ ਕੰਟੈਕਸਟ 'ਚ ਲਗਾਤਾਰ ਜੁੜੇ ਰਹਿਣਗੇ ਔਰ ਸਾਨੂੰ ਲਿਖਦੇ ਰਹਿਣਗੇ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਬ੍ਰੈਂਪਟਨ ਤੋਂ ਵੀਰ ਰਣਜੀਤ ਸਿੰਘ ਜੀ ਦਾ ਇਹ ਲਿਖਦੇ ਹਨ ਜੇ ਦੁਨੀਆਂ ਦੇ ਬਾਕੀ ਮੁਲਕਾਂ 'ਚ ਜਿੱਥੇ ਸਿੱਖ ਜਾ ਕੇ ਵਸੇ ਹਨ ਉੱਥੇ ਸਿੱਖਾਂ ਨੂੰ ਬਰਾਬਰ ਦੇ ਹੱਕ ਮਿਲਦੇ ਹਨ ਫਿਰ ਭਾਰਤ ਉਹਨਾਂ ਦੇ ਆਪਣੇ ਮੁਲਕ 'ਚ ਕਿਉਂ ਸਿੱਖਾਂ ਨੂੰ ਸਿੱਖ ਵਜੋਂ ਮਾਨਤਾ ਨਹੀਂ ਦਿੰਦਾ ਤੁਸੀਂ ਕੀ ਕਰੋਗੇ ਜੇ ਕੋਈ ਮੁੱਢਲੇ ਹੱਕ ਖੋ ਲਵੇ ਜੀ ਡਾਕਟਰ ਸਾਹਿਬ ਇਹਨਾਂ ਨੇ ਬੜੀ ਸ਼ਾਰਟ ਲਿਖਤ ਲਿਖੀ ਹੈ ਵੀਰ ਰਣਜੀਤ ਸਿੰਘ ਬ੍ਰੈਂਪਟਨ ਤੋਂ ਜੀ ਔਰ ਉਹਨਾਂ ਨੇ ਸਿੱਧਾ ਸਵਾਲ ਪੁੱਛਿਆ ਮੇਰਾ ਖਿਆਲ ਹੈ ਵੀ ਇਹ ਸਵਾਲ ਉਹਨਾਂ ਲੋਕਾਂ ਨੂੰ ਜਿਹੜਾ ਚੈਲੇਂਜ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਇੱਥੇ ਰੌਲਾ ਪਾਉਣ ਦਾ ਕੀ ਫਾਇਦਾ ਹੈ ਜਾਂ ਇੱਥੇ ਕੀ ਹੈ ਜੀ ਅਸੀਂ ਬੜੇ ਵਧੀਆ ਰਹਿ ਰਹੇ ਹਾਂ ਜੀ ਉੱਥੇ ਨਾਲ ਸਾਡਾ ਕੀ ਸੰਬੰਧ ਹੈ
ਪਰ ਇਹਨਾਂ ਨੇ ਇਸ ਤਰੀਕੇ ਦੇ ਨਾਲ ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹਨਾਂ ਮੁਲਕਾਂ 'ਚ ਰਹਿੰਦੇ ਹਾਂ, ਭਾਵੇਂ ਇੱਥੇ ਇਹ ਨਹੀਂ ਹੈ ਵੀ ਇੱਥੇ ਮੁਸ਼ਕਲਾਂ ਨਹੀਂ ਸੀ, ਇਮੀਗ੍ਰੇਸ਼ਨ ਦੇ ਹਵਾਲੇ ਨਾਲ ਕੈਨੇਡਾ ਦੇ ਵਿੱਚ ਕਿਸ ਤਰੀਕੇ ਨਾਲ ਈਵਨ ਕਾਮਾਗਾਟਾ ਮਾਰੂ ਦੀ ਦਾਸਤਾਂ ਤਾਂ ਇੱਕ ਆਪਣੀ ਕਿਸਮ ਦੀ, ਅਮਰੀਕਾ 'ਚ ਜਿਹੜੀ ਪਾਬੰਦੀਆਂ ਇਹਨਾਂ ਨੇ ਲਾਅ ਬਣਾਏ ਈਵਨ ਰੇਸ ਵਾਈਜ਼ ਰੇਸ਼ੀਅਲ ਡਿਸਕ੍ਰਿਮੀਨੇਸ਼ਨ 1960 ਤੱਕ ਜਿਹੜੀ ਹੈ ਉਹ ਇਮੀਗ੍ਰੇਸ਼ਨ ਦੇ ਉੱਤੇ ਕਿਸ ਕਿਸਮ ਦੀਆਂ ਪਾਬੰਦੀਆਂ ਸੀ। ਸਿਵਲ ਲਿਬਰਟੀ ਮੂਵਮੈਂਟ ਨੇ ਬਹੁਤ ਕੁਛ ਖੋਲ੍ਹਿਆ, ਬਹੁਤ ਕੁਛ ਤੋੜਿਆ, ਲੇਕਿਨ ਅੱਜ ਵੀ ਘੱਟੋ ਘੱਟ ਲਾਅ ਦੇ ਸਾਹਮਣੇ ਜੇ ਕਿਤੇ ਕੋਈ ਡਿਸਕ੍ਰਿਮੀਨੇਟ ਵੀ ਇੱਥੇ ਕਰਦਾ ਜੋਬ ਦੇ ਹਵਾਲੇ ਨਾਲ ਕਰਦਾ, ਕੋਈ ਹੋਰ ਕਰਦਾ, ਤੁਹਾਡੇ ਕੋਲ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਹੈ, ਤੁਸੀਂ ਉੱਥੇ ਜਾਂਦੇ ਹੋ, ਤੁਹਾਡੀ ਮਦਦ ਦੇ ਉੱਤੇ ਇੱਥੇ ਜਿਹੜੀਆਂ ਜਿਹੜੇ ਸਿਵਲ ਲਿਬਰਟੀ ਗਰੁੱਪ ਨੇ, ਜਿਹੜੇ ਡੀਫੇਮੇਸ਼ਨ ਵਾਲੇ ਨੇ, ਜਿਹੜਾ ਸਿਵਲ ਲਿਬਰਟੀ ਵਾਲੇ ਤੁਹਾਡੇ ਕੇਸ ਲੈ ਲੈਂਦੇ ਨੇ ਜਿਹੜੇ ਹੁਣ, ਔਰ ਉਹਨਾਂ 'ਚ ਬਹੁਤ ਸਾਰੇ ਪ੍ਰੋ ਬੋਨੋ ਨੇ ਜਿਹੜੇ ਮੁਫ਼ਤ ਕਰਦੇ ਨੇ, ਜੇ ਅਸੀਂ ਇੱਥੇ ਦਸਤਾਰ ਦਾ ਮੁਕੱਦਮਾ ਜਿੱਤਿਆ ਜਾਂ 5 ਕਾਰਾਂ ਦੀ ਗੱਲ ਹੁੰਦੀ ਹੈ ਜਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਈਵਨ ਫੈਡਰਲ ਗੌਰਮੈਂਟ ਦੇ ਅਗੇਂਸਟ ਮੁਕੱਦਮੇ ਜਿੱਤੇ ਨੇ, ਸਾਡੀਆਂ ਜਥੇਬੰਦੀਆਂ ਨੇ ਉਹਦੇ 'ਚ ਜਿਹੜਾ ਇੱਕ ਕੰਸਲਟੈਂਟ ਦਾ ਰੋਲ ਤਾਂ ਜ਼ਰੂਰ ਦਿੱਤਾ, ਬਟ ਜਿਹੜਾ ਮੇਨ ਬਰਡਨ ਹੁੰਦਾ ਫਿਰ ਉਹਨਾਂ ਦਾ ਹੀ ਹੁੰਦਾ। ਸੋ ਇਹ ਇਹਨਾਂ ਮੁਲਕਾਂ 'ਚ ਹੀ ਹੈ ਪੋਸੀਬਲ ਕਿ ਵੀ ਇਸ ਕਿਸਮ ਦੀ ਜਿਹੜੀ ਲਾਈਨ ਹੈ, ਜੇ ਹੁਣ ਕੋਈ ਬਿਜ਼ਨਸ ਜ਼ੋਨ ਬਣਾਉਣ ਦੀ ਗੱਲ ਤੁਰੀ ਹੈ ਜੀ ਕਿ ਮੁਸਲਿਮ ਫ੍ਰੀ ਬਿਜ਼ਨਸ ਜ਼ੋਨ, ਅੱਜ ਹੀ ਕੋਈ ਨਿਊਜ਼ ਚੱਲ ਰਹੀ ਸੀ ਤਾਂ ਸੈਂਕੜਿਆਂ ਜਥੇਬੰਦੀਆਂ ਨੇ ਲਿਖਿਆ ਜਿਹੜਾ ਗਵਰਨਮੈਂਟ ਨੂੰ, ਉਹਨਾਂ ਦੇ ਕੰਸਰਨ ਡਿਪਾਰਟਮੈਂਟ ਨੂੰ ਕਿ ਬਈ ਇਹ ਤੁਸੀਂ ਇਹ ਬਿਲਕੁਲ ਜਿਹੜਾ ਟੋਲਰੇਟ ਨਹੀਂ ਕੀਤਾ ਜਾ ਸਕਦਾ। ਸੋ ਹੁਣ ਇੱਥੇ ਤਾਂ ਅਸੀਂ ਇਹਨਾਂ ਦੇ ਕਾਨੂੰਨਾਂ ਦੀ ਜ਼ੱਦ 'ਚ ਰਹਿੰਦੇ ਹਾਂ, ਜੇ ਕਿਤੇ ਕੋਈ ਧੱਕਾ ਵੀ ਹੁੰਦਾ ਉਹਨੂੰ ਚੈਲੰਜ ਕਰਦੇ ਹਾਂ। ਅਤੇ ਵੀ ਰਣਜੀਤ ਸਿੰਘ ਹੋਰਾਂ ਨੇ ਸਿੰਪਲ ਪੁੱਛਿਆ ਵੀ ਜਿਹੜਾ ਸਾਡਾ ਆਪਣਾ ਮੁਲਕ ਹੈ, ਜਿਹੜਾ ਸਾਡਾ ਫਾਦਰਲੈਂਡ ਹੈ, ਮਦਰਲੈਂਡ ਹੈ, ਉੱਥੇ ਸਾਨੂੰ ਬਰਾਬਰ ਦੇ ਹੱਕ ਕਿਉਂ ਨਹੀਂ ਦਿੰਦੇ? ਸੋ ਜ਼ਾਹਰ ਹੈ ਕਿ ਜਦੋਂ ਰਿਪੀਟਡਲੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇਸ ਗੱਲ 'ਤੇ ਫੋਕਸ ਕਰਦੇ ਸੀ ਕਿ ਭਾਈ ਸਿੱਖ ਕਿਵੇਂ ਗੁਲਾਮ ਨੇ, ਔਰ ਉਹਨਾਂ ਨੇ ਪੂਰੀ ਉਹਨਾਂ ਦੇ ਕੋਲ ਫੈਕਟਸ ਵਾਲੀ ਉਹ ਗੱਲ ਕਰਦੇ ਸੀ ਕਿ ਭਾਈ ਦੇਖੋ ਸਾਨੂੰ ਝੂਠੇ ਕੇਸ ਪਾ ਕੇ ਜਿਹੜਾ ਉਹ ਅੰਦਰ ਡੱਕ ਦਿੱਤਾ ਜਾਂਦਾ ਹੈ, ਫਲਾਣਾ ਪਵਨ ਕੁਮਾਰ ਫਲਾਣਾ ਉਹਦੇ ਕੋਲੋਂ ਬੰਬ ਮਿਲੇ, ਉਹਦੇ ਕੋਲੋਂ ਬੰਦੂਕ, ਉਹਦੇ ਲਈ ਕੋਈ ਕਾਨੂੰਨ ਨਹੀਂ ਹੈ ਕਿਉਂਕਿ ਸਾਡੇ ਲਈ ਵੱਖਰਾ ਸੈੱਟ ਹੈ ਕਾਨੂੰਨਾਂ ਦਾ। ਇੱਧਰ ਹਾਈਜੈਕਰ ਜੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਾ ਸਹਾਰਦੇ ਹੋਏ ਲੈ ਗਏ, ਉਹਨਾਂ ਦੇ ਉੱਤੇ ਜਿਹੜੀ ਫਾਂਸੀ ਔਰ ਉਮਰ ਕੈਦ ਮੰਗੀ ਜਾ ਰਹੀ ਹੈ, ਔਰ ਜੇ ਪਾਂਡੇ ਭਰਾਵਾਂ ਨੇ ਇੰਦਰਾ ਗਾਂਧੀ ਦੇ ਨੂੰ ਜਦੋਂ ਅਰੈਸਟ ਕੀਤਾ, ਜਹਾਜ਼ ਅਗਵਾ ਕੀਤਾ, ਉਹਨਾਂ ਨੂੰ ਮਿਨਿਸਟਰ ਬਣਾਇਆ ਗਿਆ, ਔਰ ਉਹ ਜਿਹੜਾ ਪਾਰਟ ਹੈ ਇਹ ਜੇ ਅਸੀਂ 30-31 ਸਾਲ ਜਾਂ 32 ਸਾਲ ਪਹਿਲਾਂ ਦੀ ਸਟੇਟਮੈਂਟਸ ਦੇਖੀਏ, ਔਰ ਅੱਜ ਤਾਂ ਵਰਸਟ ਹਾਲਤ ਹੈ। ਆ ਤੁਸੀਂ ਰੋਜ਼ਾਨਾ ਕੋਈ ਨਾ ਕੋਈ ਖਬਰ ਦੇਖ ਸਕਦੇ ਹੋ, ਆ ਚੇਨਾਈ ਦੇ ਵਿੱਚ ਅੱਜ ਇੱਕ ਸਿੱਖ ਜਿਹੜਾ ਸਫ਼ਰ ਕਰ ਰਿਹਾ ਸੀ ਜਿਹੜਾ ਟ੍ਰੇਨ ਦੇ ਵਿੱਚ, ਉਹਨੂੰ ਪੱਗ ਲਾਉਣ ਦੇ ਲਈ ਕਿਹਾ ਗਿਆ। ਪੰਜਾਬ ਦੇ ਸਕੂਲਾਂ 'ਚ ਕਈ ਥਾਂ ਹੋਇਆ ਕਿ ਜਿੱਥੇ ਅੱਜ ਇੱਕ ਕਾਰ ਲਵਾਓ ਆ ਜਿਹੜੇ ਸਾਰੇ ਪ੍ਰੀ ਮੈਡੀਕਲ ਟੈਸਟ ਦੇ ਨਾਂ ਥੱਲੇ ਜਾਂ ਐਂਟਰੈਂਸ ਟੈਸਟ ਦੇ ਨਾਂ ਥੱਲੇ CBSE ਦੂਜਾ, ਉੱਥੇ ਕੀ ਵਿਹਾਰ ਹੋਇਆ ਸਟੂਡੈਂਟਸ ਦੇ ਨਾਲ, ਨੌਕਰੀਆਂ ਦੇ ਹਵਾਲੇ ਨਾਲ ਕੀ ਹਾਲ ਚੱਲ ਰਿਹਾ, ਔਰ ਇਹ ਆਪਣਾ ਮੁਲਕ ਜਿਸ ਨੂੰ ਆਜ਼ਾਦ ਕਰਾਉਣ ਦੇ ਲਈ ਜਿਸ ਕੌਮ ਨੇ 80% ਕੁਰਬਾਨੀਆਂ ਦਿੱਤੀਆਂ ਹੋਣ, ਉਸ ਤੋਂ ਵੀ ਜ਼ਿਆਦਾ ਉਹ ਆਪਣੇ ਮੁਲਕ 'ਚ ਬੇਗਾਨੇ ਨੇ। ਸੋ ਹੋਰ ਕੀ ਸਬੂਤ ਹੁੰਦੇ ਜਦੋਂ ਤੁਸੀਂ ਕਹਿੰਦੇ ਹੋ ਜੀ ਕਿ ਜੀ ਇਹ ਰਿਪੀਟਡਲੀ ਕਹੋ ਜੀ, ਕੋਈ ਸਾਨੂੰ ਲਿਖਣਗੇ ਕਿ ਜੀ ਤੁਸੀਂ ਰਿਪੀਟਡਲੀ ਦੱਸਿਆ ਕਰੋ ਵੀ ਸਿੱਖ ਗੁਲਾਮ ਨੇ। ਮੈਂ ਕਿਹਾ ਜੀ ਹੁਣ ਇੱਕ ਸਟੈਪ ਅੱਗੇ ਵੀ ਜਾਓ, 67 ਸਾਲ ਹੋ ਗਏ ਨੇ ਇਹ ਕਹਿੰਦੇ ਅਸੀਂ ਗੁਲਾਮ ਹੈ, ਹੁਣ ਕਹੋ ਜੀ ਗੁਲਾਮੀ ਦੇ ਸੰਗਲ ਤੋੜਨੇ ਨੇ। ਹੁਣ ਤੁਸੀਂ ਕਾਨਰਾ ਸਾਣ ਲੱਗ ਜਾਂਦਾ ਵੀ ਸਾਨੂੰ ਰੋਣ ਦੀ ਆਦਤ ਪੈ ਜਾਏ ਵੀ ਰੋਈ ਜਾਈਏ ਅਸੀਂ, ਹੁਣ ਇਹ ਗੱਲ ਜਿਹੜੀ ਹੈ ਕਿੱਥੇ ਆ ਕੇ, ਔਰ ਇਹ ਮੈਂ ਅਕਸਰ ਇਹ ਘਟਨਾ ਦੁਹਰਾਉਂਦਾ ਹੁੰਦਾ ਵੀ ਉਹ
ਅਨੰਦਪੁਰ ਸਾਹਿਬ ਦੇ ਰਾਹ 'ਚ ਇੱਕ ਪਿੰਡ ਜਿਹੜਾ ਸ਼ਾਇਦ ਬਿਜਵਾੜਾ ਜਾਂ ਕੀ ਹੈ, ਉਹ ਰੰਗੜਾਂ ਦਾ ਪੈਂਦਾ ਸੀ, ਔਰ ਜਿਹੜੀ ਸੰਗਤ ਦੂਰ ਦੁਰਾਡਿਓਂ ਆਉਂਦੀ ਸੀ, ਲੰਘਣਾ ਉੱਥੋਂ ਦੀ ਹੁੰਦਾ ਸੀ, ਉਹ ਲੁੱਟ ਲੈਂਦੇ ਸੀ। ਉਹਨਾਂ ਨੂੰ ਹੁੰਦਾ ਸੀ ਜੀ ਸੰਗਤ ਕੋਈ ਦਸਵੰਧ ਲੈ ਆ ਰਹੇ ਨੇ, ਕੋਈ ਗਲੀਚੇ ਨੇ, ਕੋਈ ਹੋਰ ਨੇ, ਔਰ ਹਰ ਆ ਕੇ ਸੰਗਤ ਨੇ ਕਹਿਣਾ ਕਿ ਜੀ ਆਹ ਹੋਇਆ। ਔਰ ਇੱਕ ਦਿਨ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਜਿਹੜਾ ਆਉਂਦਾ ਹੈ ਉਹ ਕਹਿੰਦੇ ਕਿ ਜੀ ਰੰਗੜਾ ਨੇ ਸੰਗਤ ਲੁੱਟੀ ਹੈ, ਕੋਈ ਇਹ ਨਹੀਂ ਕਹਿੰਦਾ ਵੀ ਅਸੀਂ ਰੰਗੜਾ ਨੂੰ ਸਜ਼ਾ ਦਿੱਤੀ। ਔਰ ਇਹ ਸੁਣਦੇ ਹੀ ਉਹਨਾਂ ਦਾ ਆਪਣਾ ਸਾਹਿਬਜ਼ਾਦਾ ਨੌਜਵਾਨ ਰਣਜੀਤ ਸਿੰਘ ਔਰ 100 ਸਿੱਖਾਂ ਦਾ ਜਥਾ ਆ ਕੇ ਸਾਹਮਣੇ ਖਲੋ ਗਿਆ ਕਿ ਜੀ ਸਾਨੂੰ ਆਗਿਆ ਦਿਓ। ਉਹ ਗਏ, ਉਹਨਾਂ ਨੇ ਰੰਗੜਾ ਨੂੰ ਜਿਹੜਾ ਵੈਸਾ ਸਜ਼ਾ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਲੁੱਟਣਾ ਕੀ ਸੀ, 47 ਤੱਕ ਵੀ ਜਿਹੜੀ ਸੰਗਤ ਉੱਥੋਂ ਲੰਘਦੀ ਸੀ ਲੰਗਰ ਲਾਉਂਦੇ ਹੁੰਦੇ ਸੀ ਆ। ਔਰ ਇਹ ਇਹ ਜਵਾਬ ਹੁੰਦਾ ਕਿ ਵੀ ਤੁਸੀਂ ਕਿੰਨੀ ਕੁ ਦੇਰ ਤੁਸੀਂ ਇੱਕ ਵਿਕਟਮ ਹੁੱਡ ਨੂੰ ਹੀ ਨਾ ਇੰਜੋਏ ਕਰੀਏ। ਮੈਂ ਹੁਣ ਕਈ ਵਾਰੀ ਇਹ ਵੀ ਦੇਖਦਾ ਵੀ ਇਹ ਠੀਕ ਹੈ, ਸਾਡੀਆਂ ਥੋੜ੍ਹੀਆਂ ਬਹੁਤ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਹਿਊਮਨ ਰਾਈਟਸ ਦੀਆਂ ਜਾਂ ਦੂਜੇ, ਚੰਗਾ ਕੰਮ ਹੈ, ਪਰ ਅਸੀਂ ਵਿਕਟਮ ਹੁੱਡ 'ਚ ਰਹਿਣ ਵਾਲੀ ਕੌਮ ਨਹੀਂ। ਅਸੀਂ ਵਿਕਟਮ ਹੁੱਡ 'ਚੋਂ ਨਿਕਲ ਕੇ ਅਸੀਂ ਆਪਣੀ ਆਜ਼ਾਦੀ ਦੇ ਲਈ, ਸਾਡੇ ਰੋਲ ਮਾਡਲ ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਹਵਾਰਾ, ਉਹ ਯੋਧੇ ਹੋਣੇ ਚਾਹੀਦੇ ਨੇ ਕਿ ਜਿਹਨਾਂ ਨੂੰ ਬੇੜੀਆਂ ਹੱਥਕੜੀਆਂ ਉਹਨਾਂ ਦੀ ਸਪਿਰਿਟ ਨੂੰ ਡੈਂਪਨ ਨਹੀਂ ਕਰ ਸਕੀ। ਔਰ ਜੇ ਅਸੀਂ ਹੁਣ ਕਈ ਜਾਣਾ ਕਿ ਜੀ ਅਸੀਂ ਗੁਲਾਮ ਹੈ, ਜੀ ਅਸੀਂ ਗੁਲਾਮ ਹੈ, ਉਹ ਭਾਈ ਇਹ ਹੁਣ ਨਿਕਲੋ ਇਹਦੇ 'ਚੋਂ। ਉਹਨਾਂ ਨੂੰ ਕਹੋ ਜੀ ਅਸੀਂ ਆਜ਼ਾਦੀ ਘੁਰਾਟੀ ਹੈ, ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ, ਅਸੀਂ ਉਸ ਧਰਤੀ ਦੇ ਉੱਤੇ ਆਪਣਾ ਰਾਜ ਸਿਰਜਣਾ, ਅਸੀਂ ਇੰਡੀਅਨ ਆਰਮੀ ਜੈਕਬੂਟ 'ਚੋਂ ਜਿਹੜੀ ਹੈ ਉਹ ਨਜ਼ਾਤ ਹਾਸਲ ਕਰਦੇ ਹਾਂ। ਇਹ ਸਪਿਰਿਟ ਹੈ। ਔਰ ਮੈਂ ਮਹਿਸੂਸ ਕਰਦੇ ਹਾਂ ਕਿ ਬਹੁਤ ਸਾਰਾ ਸਾਡਾ ਜਿਹੜਾ ਤਬਕਾ ਐਵੇਂ ਫਜ਼ੂਲ ਦੀਆਂ ਬਹਿਸਾਂ 'ਚ ਪਿਆ ਹੋਇਆ, ਉਹ ਜਦੋਂ ਅਸਲੀ ਗੱਲ ਆਉਂਦੀ ਹੈ ਫਿਰ ਕੰਨ ਭੰਨਦੇ ਨੇ, ਫਿਰ ਉਹਨੂੰ ਲੱਗਦਾ ਕਿ ਜੀ ਨਹੀਂ ਇਹ ਇਟਸ ਨੋਟ ਅਵਰ ਕੱਪ ਆਫ ਟੀ। ਔਰ ਫਿਰ ਕਿਹਦਾ ਕੱਪ ਆਫ ਟੀ ਹੈ? ਕੋਈ ਰੋਣ ਨਾਲ ਜਾਂ ਕੋਈ ਜ਼ਬਾਂ ਹੁੰਦੇ ਜਾਣ ਨਾਲ ਤਾਂ ਨਹੀਂ ਕੁਛ ਬਣਦਾ, ਹੈ ਨਾ। ਉਹ ਤਾਂ ਲਾਈਟਰ ਅੰਦਾਜ਼ 'ਚ ਕਈ ਵਾਰੀ ਸਰ ਕਪੂਰ ਸਿੰਘ ਕਹਿੰਦੇ ਸੀ ਕਿ ਜੀ ਜੇ ਸਿਰਫ ਮਰਨ ਦੇ ਨਾਲ ਹੀ ਜਾਂ ਵਿਕਟਮ ਬਣਨ ਦੇ ਨਾਲ ਹੀ ਕੁਛ ਬਣਦਾ ਹੁੰਦਾ ਤਾਂ ਰੋਜ਼ਾਨਾ ਇੱਕ ਬਕਰਸਤਾਨ ਬਣਨਾ ਚਾਹੀਦਾ ਸੀ ਦੁਨੀਆ ਦੇ ਮੈਪ 'ਤੇ। ਕਿੰਨੇ ਬੱਕਰੇ ਜ਼ਬਾ ਹੁੰਦੇ ਨੇ ਰੋਜ਼, ਕਿੰਨੇ ਮਾਰੇ ਜਾਂਦੇ ਨੇ, ਕੋਈ ਬਕਰਸਤਾਨ ਤਾਂ ਨਹੀਂ ਬਣ ਜਾਂਦਾ। ਹੁਣ ਤੁਸੀਂ ਬੱਕਰਾ ਕਹਿ ਜੀ ਬੱਕਰੇ ਦੀ ਮਾਂ ਬੜੀ ਰੋਈ, ਮੇਰੇ ਪੁੱਤਰ ਨੂੰ ਮਾਰਤਾ, ਫਿਰ ਉਹਦੀ ਮਾਂ ਨੂੰ ਵੀ ਲੈ ਗਏ, ਫਿਰ ਉਹਦੀ ਮਾਂ ਰੋਈ ਕਿ ਜੀ ਮੇਰੀ ਬੱਕਰੀ ਮੇਰਾ ਬੱਕਰਾ ਮਾਰਤਾ। ਹੁਣ ਕਸਾਈ ਨੇ ਆਪਣਾ ਕੰਮ ਕਰੀ ਜਾਣਾ, ਉਹ ਉਸ ਦੇ ਨਾਲ ਸਿਰਫ ਇਕੱਲਾ ਵਿਕਟਮ ਬਣ ਕੇ ਗੱਲ ਨਹੀਂ ਬਣਦੀ ਹੈ। ਤੁਹਾਨੂੰ ਖਲੋਣਾ ਪੈਂਦਾ ਆਪਣੇ ਹੱਕਾਂ ਦੇ ਲਈ, ਚੈਲੰਜ ਕਰਨਾ ਪੈਂਦਾ ਉਸ ਦੇ ਲਈ ਜਿਹੜਾ ਉਸ ਵਾਟ 'ਤੇ ਤੁਰਨਾ ਪੈਂਦਾ, ਫਿਰ ਆਜ਼ਾਦ ਹੁੰਦਾ। ਆਪਣੇ ਆਪ 'ਚ ਕੁਛ ਨਹੀਂ ਹੁੰਦਾ। ਔਰ ਦਸਵੇਂ ਪਾਤਸ਼ਾਹ ਨੇ ਸਿੱਖ ਫਿਲੋਸਫੀ ਨੇ ਸਾਨੂੰ ਇਹੀ ਸਿਖਾਇਆ ਕਿ ਪੈ ਕਾਹੂੰ ਕੋ ਦੇਤ ਨੇ ਨੈ ਪੈ ਮਾਨਤ ਆਨ, ਕਿ ਭਾਈ ਨਾ ਅਸੀਂ ਡਰ ਦੇਣਾ ਨਾ ਡਰ ਮੰਨਣਾ। ਇਹਨਾਂ ਦਾ ਵੀ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਰਸਾ ਇੱਥੇ ਲੈਣੇ ਬ੍ਰੇਕ, ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।